ਰੱਸੇ ਦਾ ਮੈਚ ਫਿਰ ਪਹਿਲਾ ਸੈਮੀਫਾਈਨਲ ਮੈਚ ਜਿਹੜਾ ਹੈ ਖੇਡਿਆ ਜਾਵੇਗਾ ਟੀਮਾਂ ਨੋਟ ਕਰ ਲੈਣ ਲਓ ਬੱਗਾ ਪਿੰਡ ਤੇ ਧਨੌਲੇ ਦੀਆਂ ਟੀਮਾਂ ਦੇ ਦਰਮਿਆਨ ਸਿਰੇ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਮੇਰੇ ਵੀਰੋ ਇਹ ਆ ਤਲਵਣ ਪਿੰਡ ਦਾ ਮਨੀ ਇਸ ਮੈਚ ਦੀ ਪਹਿਲੀ ਕਬੱਡੀ ਪਾਉਣ ਦੇ ਲਈ ਤਿਆਰ ਹੈ ਮੇਰੇ ਵੀਰੋ ਤਲਵਣ ਵਾਲਾ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬੱਗੇ ਪਿੰਡ ਦੀ ਟੀਮ ਵੱਲੋਂ ਪਹਿਲੀ ਰੇਡ ਪਾ ਰਿਹਾ ਹੈ ਚਾਰ ਜਾਫੀ ਇੱਕ ਪਾਸੇ ਇੰਦਰਜੀਤ ਕਲਸੀਆਂ ਵਾਲਾ ਦੂਜੇ ਪਾਸੇ ਜੌਂਟੀ ਤੇ ਵਿਚਕਾਰ ਕਹਿੰਦੇ ਸੀਤਾ ਪੱਤਣ ਤੇ ਅਮਰਵੀਰ ਥਿਗਲੀ ਆਓ ਵੇਖਣਾ ਪਹਿਲਾਂ ਕਹਿੰਦੇ ਪਹਿਲੀ ਟਰਾਈ ਜਿਹੜੀ ਹੈ ਇੰਦਰਜੀਤ ਕਲਸੀਆਂ ਵਾਲੇ ਨੇ ਕੀਤੀ ਹੈ ਤੇ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਆਹ ਨੌਜਵਾਨ ਦਾ ਜੌੜੇ ਪੁਲ ਜਰਗ ਦੇ ਲਾਗੇ ਮੇਰੇ ਵੀਰੇ ਉਹ ਜਰਗ ਪਿੰਡ ਹੈ ਜੌੜੇ ਪੁਲਾਂ ਦੇ ਲਾਗੇ ਇਹ ਆ ਗੋਲੇ ਜਰਗ ਵਾਲੇ ਦਾ ਪੁੱਤਰ ਪਿੰਕਾ ਜਰਗ ਵਾਲਾ ਪ੍ਰਨੀਕ ਸਿੰਘ ਪਿੰਕਾ ਜਰਗ ਵਾਲਾ ਮਹਾਨ ਕਬੱਡੀ ਖਿਡਾਰੀ ਦਾ ਪੁੱਤਰ ਬਣ ਗਿਆ ਮਹਾਨ ਖਿਡਾਰੀ ਮੇਰੇ ਵੀਰੇ ਜਿਹੜਾ ਲੀਗ ਦੇ ਵਿੱਚ ਵੀ ਤਕੜਾ ਖੇਡਿਆ ਆਹ ਪੈਂਦੀ ਹੋਈ ਰੇਡ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਲਓ ਇੱਕ ਪਾਸੇ ਮੰਨਾ ਤੇ ਦੂਸਰੇ ਪਾਸੇ ਪਿੰਕਾ ਜਰਗ ਵਾਲਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਲੈ ਮਨੀ ਨੌਜਵਾਨ ਕਹਿੰਦੇ ਛੋਟਾ ਕਲਜੀਤਾ ਮਲਸੀਆ ਵਾਲਾ ਮੇਰੇ ਵੀਰੋ ਇਹਨੂੰ ਛੋਟਾ ਕਲਜੀਤਾ ਕਹਿੰਦੇ ਹੈ ਇਸ ਲਈ ਕਬੱਡੀ ਪਾ ਰਿਹਾ ਇੱਕ ਕੰਨੀ ਤੇ ਕਹਿੰਦੇ ਇੰਦਰਜੀਤ ਕਲਸੀਆਂ ਉਧਰ ਸਰਦਾਰ ਪਰਮਰਾਜ ਸਿੰਘ ਜੀ ਉਮਰਾ ਨੰਗਲ ਹੈ ਨਾਲ ਬਲਜੀਤ ਸਿੰਘ ਜੀ ਮੱਲੀ ਯੂਕੇ ਵਾਲੇ ਸਾਊਥ ਹਾਲ ਤੋਂ ਪੁੱਜੇ ਹੋਏ ਹੈ ਜਿੰਦਰਾ ਭੜੋ ਵਾਲਾ ਆਪਣੇ ਸਮੇਂ ਦਾ ਪ੍ਰਸਿੱਧ ਖਿਡਾਰੀ ਆਹ ਚੋਟੀ ਕਲਸੀਆਂ ਪਿੰਡ ਰਾਏਕੋਟ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਬਲਸੀਆਂ ਵਾਲੇ ਕੁਲਜੀਤੇ ਦੇ ਨਾਲ ਛੋਟੇ ਕੁਲਜੀਤੇ ਦੇ ਨਾਲ ਕਹਿੰਦੇ ਪੰਗਾ ਪਿਆ ਲਾਓ ਇੱਕ ਪਾਸੇ ਜਫਾ 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 ਤਾੜੀਆਂ ਦਰਸ਼ਕਾਂ ਦੀਆਂ ਵਾਹ ਓਏ ਨੌਜਵਾਨ ਇਹ ਹੈ ਸਿਰੇ ਦੀ ਖੇਡ ਇਹ ਹੈ ਸਿਰੇ ਦੀ ਖੇਡ ਸਰਦਾਰ ਪਰਮਰਾਜ ਸਿੰਘ ਜੀ ਅੱਜ ਪੰਜਾਬ ਦੀ ਨਹੀਂ ਦੁਨੀਆ ਦੀ ਕਰੀਮ ਹੈ ਜਿਹੜੀ ਉਹ ਪੁੱਜੀ ਹੋਈ ਹੈ ਨਾਲ ਬਲਜੀਤ ਸਿੰਘ ਜੀ ਮੱਲੀ ਹੈ ਯਾਰੀ ਆ ਮੇਰੇ ਵੀਰੇ ਕਿ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣ ਯਾਰੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਆਹ ਲੁਧਿਆਣੇ ਦੇ ਲਾਗੇ ਫੁੱਲਾਂ ਵਾਲ ਪਿੰਡ ਹੈ ਇੰਦਰਜੀਤ ਤੇ ਕਹਿੰਦੇ ਛਿੰਦਰੀ ਦਾ ਵੱਡਾ ਨਾਮ ਰਿਹਾ ਹੈ ਉਸੇ ਪਿੰਡ ਦਾ ਕਹਿੰਦੇ ਮਾੜੂ ਹੈ ਜੱਗੇ ਚਿੱਟੀ ਵਾਲੇ ਦੇ ਲਾਏ ਹੋਏ ਪਿਛਲੇ ਸੀਜ਼ਨ ਦੇ ਜੱਫੇ ਅੱਜ ਵੀ ਦੁਨੀਆ ਨੂੰ ਯਾਦ ਹੈ ਫੜਿਆ ਗੁੱਟ ਭੱਜ ਗਈ ਕੈਂਚੀ ਜੱਗਾ ਚਿੱਟੀ ਵਾਲਾ ਮਾਰ ਦੋ ਤਾੜੀਆਂ ਦਰਸ਼ਕ ਵੀ ਉਹ ਜੱਗਿਆ ਲੈ ਵੀ ਜੱਗਿਆ ਉਮਰ ਦੱਸ ਵੀ ਕਿੰਨੀ ਹੈ ਸਾਰੀ ਸੰਗਤ ਨੂੰ ਦੱਸੀਏ 20 ਸਾਲ ਦੀ ਉਮਰ ਹੈ ਮੇਰੇ ਵੀਰੋ ਤਾੜੀਆਂ ਜ਼ੋਰਦਾਰ ਮਾਰ ਦਿਓ ਇਹ ਹੈ ਚਿੱਟੀ ਵਾਲਾ ਜੱਗਾ ਮਹਾਨ ਕਬੱਡੀ ਖਿਡਾਰੀ ਲਓ ਜਿਹੜੇ ਖਿਡਾਰੀ ਨਹੀਂ ਖੇਡਦੇ ਉਹ ਪਲੀਜ਼ ਇੱਕ ਸਾਈਡ 'ਤੇ ਹੋ ਕੇ ਬੈਠ ਜਾਣਗੇ ਬੜੀ ਮਿਹਰਬਾਨੀ ਹੋਵੇਗੀ ਪ੍ਰਬੰਧਕਾਂ ਵੱਲੋਂ ਇਹ ਬੇਨਤੀ ਹੈ ਜਿਹੜੇ ਖਿਡਾਰੀ ਨਹੀਂ ਖੇਡਦੇ ਉਹ ਪਲੀਜ਼ ਇੱਕ ਸਾਈਡ 'ਤੇ ਹੋ ਕੇ ਜ਼ਰੂਰ ਬੈਠ ਜਾਣ ਬੜੀ ਮਿਹਰਬਾਨੀ ਲਓ ਪੈਂਦੀ ਹੋਈ ਰੇਡ ਹੀਰਾ ਤਲਵੰਡੀ ਚੌਧਰੀਆਂ ਵਾਲਾ ਪਰ ਮਦਨ ਗੋਪਾਲ ਮੱਧੂ ਦਾ ਫੈਸਲਾ ਹੈ ਵੀ ਪੁਆਇੰਟ ਬੱਗੇ ਪਿੰਡ ਦੇ ਹਿੱਸੇ ਜਾ ਜੁੜਿਆ ਬੱਗਾ ਪਿੰਡ ਉਹ ਪਿੰਡ ਹੈ ਜਿਸ ਪਿੰਡ 'ਤੇ ਕਹਿੰਦੇ ਸ਼ਹੀਦ ਦੇ ਮੁਹੱਬਤ ਬੂਟਾ ਸਿੰਘ ਫਿਲਮ ਬਣੀ ਉਸੇ ਪਿੰਡ ਦੇ ਬੂਟਾ ਸਿੰਘ ਹੈ ਅਤੇ ਨਾਲ ਕਹਿੰਦੇ ਸ਼ਾਹਕੋਟ ਹੈ ਕਿ ਮਿਹਰਦੀਨਾ ਜੇ ਰੱਬ ਦੀ ਨਜ਼ਰ ਹੋਵੇ ਬੰਦਾ ਆਣ ਕੇ ਫਿਰ ਭਲਵਾਨ ਬਣਦਾ ਹੈ ਲਓ ਜੀ ਕੋਚਨ ਸਿੰਘ ਬੱਗਾ ਪਿੰਡ ਅੱਜ ਇਸ ਪਿੰਡ 2-3 ਟਰੈਕਟਰ ਗਏ ਮੇਰੇ ਵੀਰੋ ਮੰਗੀ ਬੱਗਾ ਪਿੰਡ ਦੁੱਲਾ ਬੱਗਾ ਪਿੰਡ ਆ ਸੱਜੇ ਹੱਥ ਹੀਰਾ ਤਲਵੰਡੀਏ ਚੌਧਰੀਆਂ ਦਾ ਅਤੇ ਕਬੱਡੀ ਇਸ ਵੇਲੇ ਮੈਦਾਨ ਦੇ ਵਿੱਚ ਮੰਨੇ ਦੀ ਕਬੱਡੀ ਆ ਤੇਰੀਆਂ ਮੈਂ ਲੱਖ ਮੰਨੀਆਂ ਮੇਰੀ ਇੱਕ ਮੰਨੇ ਤਾਂ ਜਾਣਾ ਇਹ ਆ ਉਮਰਾ ਨੰਗਲ ਦਾ ਮੇਲਾ ਔਰ ਅੱਧੀ ਬਗਲ ਭਰੀ ਆ ਸਿਕੰਦਰ ਕਾਂਜਲੀ ਵਾਲੇ ਵਾਂਗੂ ਅਤੇ ਇਕੱਠਾ ਕਰਤਾ ਨੌਜਵਾਨੋ ਇਹਨੂੰ ਕਹਿੰਦੇ ਜ਼ੋਰ ਦੀ ਗੱਲ ਇਹ ਦੁਨੀਆ ਮੰਦੀ ਜ਼ੋਰਾਂ ਨੂੰ ਇਹ ਦੁਨੀਆ ਨਹੀਂ ਕਮਜ਼ੋਰਾਂ ਦੀ ਇਹ ਜਗਤ ਨਹੀਂ ਬਿਮਾਰਾਂ ਦਾ ਇਹ ਰਣ ਹੈ ਵੀਰ ਬਹਾਦਰਾਂ ਦਾ ਇਹ ਪਿੜ ਹੈ ਸ਼ਾਹ ਸਵਾਰਾਂ ਦਾ ਇੰਦਰਜੀਤ ਦਾ ਜੱਫਾ ਹੈ ਕਲਸੀਆਂ ਵਾਲਾ ਇੰਦਰਜੀਤ ਜੱਫਾ ਤੇ ਉੱਧਰ ਵੇਖੋ ਪੈਰਾਂ ਥੱਲੇ ਅੰਗਿਆਰ ਭਖਦੇ ਮੁੰਡੇ ਦੇ ਗੁਰਵਿੰਦਰ ਧਾਰੀਵਾਲ ਦਾ ਮੱਖਣ ਧਾਰੀਵਾਲ ਦਾ ਪੇਂਡੂ ਔਰ ਸਾਹਮਣੇ ਕਬੱਡੀ ਆ ਇਹਨੂੰ ਕਹਿੰਦੇ ਆ ਕਬੱਡੀ ਗੁਰਿੰਦਰ ਧਾਰੀਵਾਲ ਦੀ ਆ ਪੱਟਾਂ ਵਿੱਚ ਜਾਨ ਹੋਵੇ ਡੋਲਿਆਂ 'ਤੇ ਮਾਣ ਹੋਵੇ ਛਾਤੀ ਵਿੱਚ ਦਿਲ ਕਹਿੰਦੇ ਸ਼ੇਰ ਤੋਂ ਮਹਾਨ ਹੋਵੇ ਝੂੰਡੀ ਜਾਵੇ ਨਾ ਸਰੀਰ ਉੱਤੇ ਵੱਡੀ ਮਿੱਤਰੋ ਫੇਰ ਖੇਡੀ ਜਾਂਦੀ ਜੋ ਕਬੱਡੀ ਮਿੱਤਰੋ ਉਹ ਫੇਰ ਖੇਡੀ ਜਾਂਦੀ ਜੋ ਕਬੱਡੀ ਮਿੱਤਰੋ ਇਹ ਕਬੱਡੀ ਐਵੇਂ ਨਹੀਂ ਖੇਡੀ ਜਾਂਦੀ ਜਵਾਨੋ ਆ ਚੱਲਿਆ ਬੱਬਰ ਸ਼ੇਰ ਮਨੀ ਤਲਵਣ ਵਾਲਾ ਪਾਉਂਦਾ ਕਬੱਡੀ ਇਸ ਵੇਲੇ ਮਨੀ ਤਲਵਣ ਵਾਲਾ ਬੂਟਾ ਤਲਵਣ ਦੀਆਂ ਗੱਲਾਂ ਹੁੰਦੀਆਂ ਮਨੀ ਦੀਆਂ ਗੱਲਾਂ ਹਿੱਕ 'ਚ ਵੱਜਿਆ ਅਮਨ ਥਿਗਲੀ ਅਮਨ ਥਿਗਲੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਿੱਕਿਆਂ ਨਾਲ ਤੋਲਿਆ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਅੱਜ ਕਬੱਡੀ ਅਮੀਰ ਖੇਡਿਆ ਅੱਜ ਕਰੋੜਾਂ ਦੀ ਖੇਡ ਬਣ ਗਈ ਹੈ ਅੱਜ 1 ਲੱਖ ਰੁਪਈਆ ਸੁੱਖ ਭੰਡੇਰ ਨੇ ਪਹਿਲਾਂ ਇਨਾਮ ਸਪੋਂਸਰ ਕੀਤਾ ਆ ਸਾਹਮਣੇ ਖੜ੍ਹਾ ਮੇਰਾ ਵੀਰ ਪਰਮਰਾਜ ਸਿੰਘ ਉਮਰਾ ਨੰਗਲ
ਗੁਰਪ੍ਰੀਤ ਸਿੰਘ ਜੀ ਇੰਸਪੈਕਟਰ ਪੰਜਾਬ ਪੁਲਿਸ ਦੇ ਨਾਲ ਬਲਜੀਤ ਮੱਲੀ ਹਰ ਸਾਲ ਇਹ ਹੈ ਬੱਬਰ ਸ਼ੇਰ ਮੰਗੀ ਬੱਗਾ ਪਿੰਡ ਪੰਜਾਬ ਸਰਕਾਰ ਵੱਲੋਂ 2010 ਦੇ ਵਿੱਚ ਪਹਿਲਾ ਵਰਲਡ ਕੱਪ ਪਹਿਲਾ ਪ੍ਰੀਤ ਟਰੈਕਟਰ ਤਾਂ ਹੁਣ ਤਾਂ ਦਿੱਤਾ ਹੱਥ ਹੁਣ ਪਤਾ ਲੱਗੂ ਹੰਦਿਆਂ ਤੋਂ ਖਿੱਚ ਕੇ ਲੈ ਗਿਆ ਆ ਮੈਨੂੰ ਖਿੱਚ ਲਾ ਹਾਣੀਆਂ ਖਿੱਚ ਲਾ ਚਬਾਰੇ ਵਿੱਚੋਂ ਬਾਂਹ ਫੜ ਕੇ ਉਹ ਮੈਨੂੰ ਖਿੱਚ ਲਾ ਹਾਣੀਆਂ ਆ ਮੈਨੂੰ ਖਿੱਚ ਲਾ ਹਾਣੀਆਂ ਇਹਨੂੰ ਕਹਿੰਦੇ ਖਿੱਚ ਇਹ ਆ ਮੰਗੀ ਬੱਗੇ ਦੀ ਖਿੱਚ ਐਵੇਂ ਨਹੀਂ ਕਹਿੰਦੇ ਖਿੱਚਾਂ ਦਲਜੀਤਾ ਛੋਟਾ ਕਹਿੰਦੇ ਆ ਇੱਕ ਦਲਜੀਤਾ ਵੱਡਾ ਇਹ ਆ ਦਲਜੀਤਾ ਛੋਟਿਆ ਚੱਲੋ ਜਵਾਨਾਂ ਤਕੜਾ ਹੋ ਆਓ ਲਗਾ ਅਮਨ ਭੱਜ ਕੇ ਪਿਆ ਜਵਾਨੋ ਅਮਨ ਥਿਗਲੀ ਹੈ ਬਹਿ ਜਾ ਬਿੱਲੋ ਛਾਲ ਮਾਰ ਕੇ ਟਾਂਗਾ ਜਾਂਦਾ ਹੀ ਉਮਰਾ ਨੰਗਲ ਨੂੰ ਆ ਪਹਿਲਾਂ ਟਾਂਗੇ ਆਉਂਦੇ ਸੀ ਜਵਾਨੋ ਸਪਰੇਅ ਚਾਹੀਦੀ ਆ ਜਵਾਨੋ ਉਹ ਦੁਨੀਆ ਦਾ ਮਹਾਨ ਜਾਫੀ ਸਪਰੇਅ ਲੈ ਕੇ ਆਇਓ ਮਾੜੂ ਫੁੱਲਾਂ ਵਾਲੀ ਆ ਇੰਦਰਜੀਤ ਫੁੱਲਾਂ ਵਾਲੀ ਆ ਕਿਉਂ ਬਈ ਜਵਾਨਾ ਇਹਨੂੰ ਕਹਿੰਦੇ ਫੁੱਲਾਂ ਵਾਲੇ ਜ਼ਿਲ੍ਹਾ ਲੁਧਿਆਣਾ ਇਹਨੂੰ ਕਹਿੰਦੇ ਖੇਡ ਕਬੱਡੀ ਮਾਲਵੇ ਦੁਆਬੇ ਮਾਝੇ ਦੇ ਬੱਬਰ ਸ਼ੇਰ ਅੱਜ ਮੈਦਾਨ ਦੇ ਵਿੱਚ ਕਬੱਡੀ ਹੋਈ ਗੱਲ ਆਹ ਮਿੱਟੀ ਨਾ ਫਰੋਲ ਜੋਗੀ ਆ ਨਹੀਂ ਉਹ ਲੱਭਣੇ ਲਾਲ ਗਵਾਚੇ ਤੇ ਮਿੱਟੀ ਨਾ ਫਰੋਲ ਆਹ ਚੱਲਿਆ ਬੱਬਰ ਸ਼ੇਰ ਮੋਟਰਸਾਈਕਲਾਂ ਦੀ ਮੰਡੀ ਲਾਤੀ ਹੈ ਘਰ ਹੀਰਾ ਤਲਵੰਡੀ ਚੌਧਰੀਆਂ ਬਾਬੇ ਨਾਨਕ ਦੀ ਧਰਤੀ ਹੈ ਜਿੱਥੇ ਮੂਲ ਮੰਤਰ ਲਿਖਿਆ ਸੁਲਤਾਨਪੁਰ ਲੋਧੀ ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅੱਜ ਫਾ ਪੈ ਗਿਆ ਆ ਹੋ ਗਈ ਸਾਨੂੰ ਵਾਲੀ ਮਿਲਣੀ ਉਹ ਜਵਾਨੋ ਕੁੱਟ ਫੜ ਕੇ ਕੈਂਟੀ ਵੱਜੀ ਆ ਆ ਜੰਟੀ ਕਹਿੰਦਾ ਕਿੱਥੇ ਜਾਣਾ ਕਿੱਥੇ ਹੀਰਿਆ 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 ਆਓ ਜਾਂਦਾ ਹੀਰਾ ਹੀਰਿਆ ਹਰਨਾ ਬਾਗੀ ਚਰਨਾ ਬਾਗੀ ਪੱਤਰ ਸਾਵੇ ਆ ਕਬੱਡੀ ਖੇਡਦਿਆਂ ਦੀ ਪਰਮਰਾਜ ਸਿੰਘ ਜੀ ਮੇਰੇ ਤੋਂ ਸਿਫਤ ਕਰੀ ਨਾ ਜਾਵੇ ਕਬੱਡੀ ਖੇਡਦਿਆਂ ਦੀ ਗੁਰਪ੍ਰੀਤ ਸਿੰਘ ਇੰਸਪੈਕਟਰ ਪੰਜਾਬ ਪੁਲਿਸ ਬਾਨਾ ਧਾਰੀਵਾਲ ਬੇੜ ਦਾ ਮੱਖਣ ਦਾ ਪੇਂਡੂ ਆਹ ਗੁਰਿੰਦਰ ਦਾ ਪੇਂਡੂ ਜਾਂਦੇ ਆ ਕਬੱਡੀ ਪੈ ਗਈ ਆ ਇਹ ਹੈ ਬੱਬਰ ਸ਼ੇਰਾਂ ਦੀ ਕੌਣ ਕਰਦਾ ਗੱਲ ਕਮਜ਼ੋਰਾਂ ਦੀ ਗੱਲ ਹੁੰਦੀ ਸਦਾ ਦਲੇਰਾਂ ਦੀ ਲੱਖੇ ਸਦਮਾਂ ਲੋਕ ਬੁੱਲਾਂ 'ਤੇ ਚਰਚਾ ਹੁੰਦੀ ਬੱਬਰ ਸ਼ੇਰਾਂ ਦੀ ਚਰਚਾ ਹੁੰਦੀ ਬੱਬਰ ਸ਼ੇਰਾਂ ਦੀ ਬੱਬਰ ਸ਼ੇਰਾਂ ਦੀ ਗੱਲ ਹੋਣੀ ਜਵਾਨੋ ਮਾੜੇ ਦਾ 27 ਤਕੜੇ ਦਾ 37 ਸੌ ਐਵੇਂ ਨਹੀਂ ਆਖਿਆ ਗੱਲ ਜ਼ੋਰ ਦੀ ਹੈ ਬਾਬੇ ਨਾਨਕ ਨੇ ਬਾਣੀ 'ਚ ਲਿਖਿਆ ਆਖਣ ਜ਼ੋਰ ਚੁੱਪੇ ਨਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨਸੋਰ ਆਹ ਲਗਾਈ ਪਤੜ ਆ ਬੱਲੇ ਪਤੜਾ ਗੁਰਦੇਵ ਬੋਲਾ ਪਤੜ ਵਾਲਾ ਕਹਿੰਦੇ ਪਤੜਾ ਮਸ਼ਹੂਰ ਹੋ ਗਈਆਂ ਅਤੇ ਕੰਡਕਟਰ ਵੀ ਪੁੱਛਦੇ ਸੀ ਟਿਕਟ ਕੱਟਣ ਵਾਸਤੇ ਕਿੱਥੇ ਜਾਣਾ ਕਹਿੰਦੇ ਬੋਲੇ ਦੇ ਪਿੰਡ ਜਾਣਾ ਗੁਰਦੇਵ ਪੱਤੜ ਦੇ ਪਿੰਡ ਜਾਣਾ ਇਹ ਨਾ ਆ ਉਹ ਮਹਿੰਦਰ ਬੈਠਾ ਸੁਰਖਪੁਰੀਆ ਮਹਿੰਦਰ ਕਿੱਥੇ ਆ ਮਹਿੰਦਰ ਸੁਰਖਪੁਰੀਆ ਮਹਿੰਦਰ ਸੁਰਖਪੁਰੀਆ ਪਿੰਦਾ ਕਲੱਚ ਇਹ ਮਹਾਨ ਖਿਡਾਰੀ ਦੁਆਬੇ ਦੇ ਜਿਨ੍ਹਾਂ ਨੇ ਬਹੁਤ ਤਕੜੀ ਗੁਰਿੰਦਰ ਧਾਰੀਵਾਲ ਦਾ ਗੁਰਿੰਦਰ ਬਹੁਤ ਤਕੜਾ ਖਿਡਾਰੀ ਇਹ ਜਿਹੜਾ ਇਸ ਵੇਲੇ ਰੈਫਰੀ ਹੈ ਇਹਨੂੰ ਕਹਿੰਦੇ ਆ ਦਰਸ਼ਨ ਕਢਾਚੋਂ ਵਾਲਾ ਬੜਾ ਵੱਡਾ ਜਾਫੀ ਹੋਇਆ ਜਵਾਨੋ ਬੜੇ ਮੈਚ ਕਰਾਏ ਸੁੱਖੇ ਭੰਡਾਲ ਆ ਗਿਆ ਸੁੱਖਾ ਭੰਡਾਲ ਵਰਲਡ ਕੱਪ ਦਾ ਮਹਾਨ ਖਿਡਾਰੀ ਮੰਤਰੀ ਕਬੱਡੀ ਦਾ ਆਹਾ ਮੰਨਿਆ ਆਹ ਅੱਗੇ ਹੋ ਕੇ ਡੱਕੂ ਕਹਿੰਦਾ ਇਹਦੇ ਗੱਲ ਕਰਨੀ ਦੇ ਸਾਹਮਣੇ ਆ ਕੇ ਗੱਲ ਕਰਨੀ ਹੈ ਹਿੱਕ 'ਤੇ ਗੱਲ ਕਰਨੀ ਹੈ ਇੰਦਰਜੀਤ ਇਹਨੂੰ ਕਹਿੰਦੇ ਦਲੇਰਾਂ ਦੀ ਗੱਲ ਅੱਜ ਪੇੜ ਹੋਣਗੇ ਸਾਨਾਂ ਦੇ ਮਹਾਬਲੀ ਭਲਵਾਨਾਂ ਦੇ ਕੋਈ ਬੱਚ ਬਚਾ ਕੇ ਨੰਗਣਗੇ ਕੋਈ ਅੱਗੇ ਹੋ ਹੋ ਡੱਕਣਗੇ ਕੋਈ ਭਰਿਆ ਮੇਲਾ ਲੁੱਟਣਗੇ ਅੱਜ ਪੇੜ ਹੋਣੇ ਜੋ ਸਾਨਾਂ ਦੇ ਮਹਾਬਲੀ ਭਲਵਾਨਾਂ ਦੇ ਚੱਲ ਪੁੱਤਰਾ ਪਾ ਕਬੱਡੀ ਪਿੰਕਾ ਜੜਗਾਲਾ ਇਹਨੂੰ ਕਹਿੰਦੇ ਆ ਪਿੰਕਾ ਗੋਲੇ ਜਰਗਦਾ ਪਿੰਕੇ ਦੀ ਗੱਲ ਮੰਗੀ ਪਿੰਕਾ ਆਇਆ ਪੁੱਤਰ ਪਿੰਕਾ 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 ਜੜਗਾਲਾ ਬੜਾ ਮਸ਼ਹੂਰ ਆ ਜੜਗਦਾ ਮੇਲਾ ਜਵਾਨੋ ਰੋਸ਼ਨੀ ਦਾ ਮੇਲਾ ਗੱਲਾਂ ਹੁੰਦੀਆਂ ਮੇਲੇ ਦੀਆਂ ਤਿੰਨ ਦਿਨ ਮੇਲਾ ਚੱਲਦਾ ਹੁਣ ਤਾਂ ਗੱਲਾਂ ਹੀ ਹੋਰ ਹੋ ਗਈਆਂ ਪਹਿਲਾਂ ਮੇਲਿਆਂ 'ਤੇ ਮੇਲੀ ਮਿੱਤਰ ਸੀ ਜਵਾਨੋ ਮਿੱਤਰ ਮਿਲਦੇ ਸੀ ਮੇਲਿਆਂ ਦੇ ਉੱਪਰ ਫਿਰ ਗੱਲਾਂ ਹੁੰਦੀਆਂ ਸੀ ਅੱਜ ਮਾਝੇ ਦਾ ਮੇਲਾ ਇੱਕ ਵਾਰ ਮੇਰੇ ਵੀਰੋ ਉਹ ਮਜਾਲੋ ਇੱਕ ਵਾਰ ਤਾੜੀਆਂ ਮਾਰ ਦਿਓ ਉਸ ਮਹਾਨ ਸ਼ਹੀਦ ਦੇ ਨਾਂ ਦੇ ਉੱਪਰ ਜਥੇਦਾਰ ਉਹ ਮਹਾਨ ਸ਼ਹੀਦ ਜਿਨ੍ਹਾਂ ਨੇ ਅੱਤਵਾਦ ਦੇ ਦੌਰਾਨ ਸ਼ਹਾਦਤ ਪ੍ਰਾਪਤ ਕੀਤੀ ਹੈ ਅੱਜ ਮਾਣ ਹੈ ਸਾਨੂੰ ਮੱਲੀ ਆ ਗਿਆ ਕੋਚ ਕਬੱਡੀ ਦਾ ਪੰਜਾਬ ਪੁਲਿਸ ਵੱਲੋਂ ਖੇਡਿਆ ਉੱਠੇ ਖੇਡ ਕਬੱਡੀ ਫੁਰਤੀ ਦੀ ਕੰਮ ਭਿੜਨਾ ਹੀ ਝੋਟੇ ਦਾ ਜੀਦਾਰੀ ਦੀ ਕੁਸ਼ਤੀ ਪੱਕਾ ਸਾਦ ਲੰਗੋਟੇ ਦਾ ਆ ਮਾਰਿਆ ਲਾ ਕੇ ਜਵਾਨੋ ਕਹਿੰਦੇ ਕੁੰਡਾ ਖੋਲ ਦੇ ਨਹੀਂ ਤੇ ਪੜ ਦੂੰ ਚਗਾਠ ਜੱਟੀਏ ਉਹ ਕੁੰਡਾ ਖੋਲ ਦੇ
ਜਿਹਦੇ ਪੱਟ ਤੋਂ ਚੁਗਾਠ ਚੱਟੀ ਹੈ। ਮਾੜੂ ਫੁੱਲਾਂ ਵਾਲੀ ਆ ਮਾੜੂ ਕਹਿੰਦੇ ਆ ਬੰਗੀ ਆ ਜਿਹੜਾ ਗੱਲ ਉਹ ਹਨੇਰੀ ਦੇ ਬੁੱਲੇ ਵਾਂਗੂ ਗਿਆ ਈ ਤੇ ਝੱਖੜ ਵਾਂਗੂ ਆ ਗਿਆ ਪਰ ਖਾਲੀ ਆਇਆ ਤੂੰ ਦਰਸ਼ਨ ਘੜਾ ਚੋਂ ਕਹਿੰਦਾ ਹੱਥ ਨਹੀਂ ਲੱਗਾ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਪੁੱਤ ਜੀਣ ਹੁਣ ਸਿੱਧਾ ਹੋ ਹੁਣ ਲੱਗਾ ਈ ਜੱਗੇ ਨਾ ਹੱਥ ਜੱਗਾ ਚਿੱਟੀ ਵਾਲਾ ਉਹ ਜੱਗੇ ਮਾਰਿਆ ਲਾਲਪੁਰ ਡਾਕਾਂ ਤਾਰਾਂ ਖੜ ਗਈਆਂ ਆਪੇ ਤਰੀਕਾਂ ਭੁਗਤਣਗੇ ਤੇਰੇ ਮਾਪੇ ਜੱਗੇ ਦਾ ਗੋਟਿਆ ਉਹ ਜੱਗੇ ਮੁੱਛ ਨੂੰ ਮਰੋੜਾ ਦਿੱਤਾ ਉਹ ਪਿੰਡ ਦੀ ਪੰਚਾਇਤ ਟੁੱਟ ਗਈ ਉਹ ਜੱਗੇ ਮੁੱਛ ਨੂੰ ਮਰੋੜਾ ਦਿੱਤਾ ਤੇ ਪਿੰਡ ਦੀ ਪੰਚਾਇਤ ਟੁੱਟ ਗਈ ਇਹ ਹੈ ਜੱਗਾ ਜੱਗਾ ਕੁਲਜੀਤਾ ਛੋਟਾ ਕੁਲਜੀਤਾ ਮਲਸੀਆਂ ਪਹਿਲਾਂ ਕੁਲਜੀਤਾ ਮਲਸੀਆਂ 68 ਰੇਡਾਂ ਪਾਈਆਂ 65 ਨੰਬਰ ਲੈ ਕੇ ਪਹਿਲਾ ਟਰੈਕਟਰ ਘਰ ਨੂੰ ਲੈ ਗਿਆ ਮੇਰੇ ਵੀਰੋ ਸਨ 2010 ਦੀ ਗੱਲ ਕਰਦਾ ਤੁਹਾਡੇ ਨਾਲ ਕੁਲਜੀਤਾ ਮਲਸੀਆਂ ਦਾ ਬੜੀ ਵੱਡੀ ਰੇਡ 68 ਰੇਡਾਂ 2010 ਦੀ ਗੱਲ ਪਹਿਲਾ ਵਰਲਡ ਕੱਪ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਵੱਲੋਂ ਐਤਕੀ 6ਵਾਂ ਕੱਪ ਹੋਇਆ ਮਾਣ ਹੈ ਸਾਨੂੰ ਪੰਜਾਬ ਸਰਕਾਰ ਉੱਪਰ ਬਾਨਾ ਧਾਰੀਵਾਲ ਹਲਕਾ ਜਿਹਾ ਕੱਦ ਹਲਕਾ ਜਿਹਾ ਭਾਰ ਲੇਕਿਨ ਆਫਤ ਦਾ ਧਾਵੀ ਆਫਤ ਦਾ ਜਾਫੀ ਬਾਜ ਵਰਗੀ ਉਡਾਰੀ ਹੈ ਬਾਜ ਕਹਾਂ ਰੁਕਤਾ ਹੂੰ ਮੈਂ ਕਹਾਂ ਰੁਕਤਾ ਹੂੰ ਅਰਸ਼ੋਂ ਫਰਸ਼ ਕੀ ਆਵਾਜ਼ ਸੇ ਮੁਝਕੋ ਜਾਣਾ ਹੈ ਬਹੁਤ ਉੱਚਾ ਹੱਦੇ ਪਰਵਾਜ ਸੇ ਪਰਵਾਜ ਦੀ ਕੋਈ ਹੱਦ ਨਹੀਂ ਹੁੰਦੀ ਲੇਕਿਨ ਆਹ ਵੇਖ ਲਓ ਬਾਜ ਆ ਜਾਂਦਾ ਜੇ ਬਾਜ ਨਹੀਂ ਤੇਰਾ ਨਸ਼ੇ ਮਨ ਕਾਥਰੇ ਸੁਲਤਾਨੀ ਕੇ ਗੁੰਬਦ ਪਰ ਤੂੰ ਸ਼ਾਹੀ ਹੈ ਬਸੇਰਾ ਕਰ ਪਹਾੜੋਂ ਕੀ ਚਟਾਨੋਂ ਪਰ ਤੂੰ ਸ਼ਾਹੀ ਹੈ ਬਸੇਰਾ ਕਰ ਪਹਾੜੋਂ ਕੀ ਚਟਾਨੋਂ ਪਰ ਉਹ ਚੱਲਿਆ ਜੇ ਹੀਰਾ ਮੰਡ ਵਾਲਾ ਹੀਰਾ ਮੋਟਰਸਾਈਕਲ ਸਕੂਟਰ ਰੰਡੀਆਂ ਜੀਪਾਂ ਦਾ ਜੇਤੂ ਇਸ ਵੇਲੇ ਧਾਵੀ ਉਮਰਾ ਨੰਗਲ ਦੇ ਖੇਡ ਮੇਲੇ ਤੇ ਆਹ ਸਾਹਮਣੇ ਗੁਰਿੰਦਰ ਕਾਲਵਾਂ ਪਹਿਲਵਾਨੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਚੈਂਪੀਅਨ ਔਰ ਮਾਣ ਹੈ ਸਾਨੂੰ ਕਾਲਵਾਂ ਪਿੰਡ ਆਹ ਚੱਲਿਆ ਗੁਰਿੰਦਰ ਧਾਰੀਵਾਲ ਦਾ ਭਾਵ ਕਬੱਡੀ ਗੁਰਿੰਦਰ ਅੱਜ ਮਾਣ ਹੈ ਸਾਨੂੰ ਸਰਦਾਰ ਪਰਮਰਾਜ ਸਿੰਘ ਜੀ ਉਮਰਾ ਨੰਗਲ ਪਿਛਲੇ 15 ਸਾਲ ਤੋਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਇਹ ਮਾਝੇ ਦੀ ਧਰਤੀ 'ਤੇ ਵੱਡਾ ਮੇਲਾ ਜਿੱਥੇ ਲੱਖਾਂ ਰੁਪਏ ਦੇ ਨਾਮ ਸਨਮਾਨ ਪਹਿਲਾ ਇਨਾਮ ਸੁੱਖ ਪੰਧੇੜ ਅਮਰੀਕ ਸਿੰਘ ਜੀ ਮਹਿਮਦਵਾਲ ਬੈਸਟ ਰੇਡਰ ਨੂੰ ਮੋਟਰਸਾਈਕਲ ਦੇ ਕੇ ਘਰ ਨੂੰ ਤੋਰਨਗੇ ਜਵਾਨੋ ਅੱਜ ਦਰਸ਼ਨ ਘੜਾਚੋ ਦਾ ਫੈਸਲਾ ਨੰਬਰ ਗੁਰਿੰਦਰ ਧਾਰੀਵਾਲ ਦਾ ਪਾਓ ਕਬੱਡੀਆਂ ਚੜ੍ਹ ਚੜ੍ਹ ਕੇ ਜਵਾਨੋ ਇਹ ਹੈ ਪੰਜਾਬ ਦੀ ਮਾਂ ਖੇਡ ਕਬੱਡੀ ਖੇਡਾਂ ਕਬੱਡੀ ਦੀਆਂ ਮੰਜਿਆਂ 'ਤੇ ਬਹਿੰਦੇ ਸੀ ਕੋਲ ਕੋਲ ਰਹਿੰਦੇ ਸੀ ਆਂਦਾ ਸੋਫੇ ਬੈੱਡ ਆ ਗਏ ਨੇ ਦੂਰੀਆਂ ਵਧਾ ਗਏ ਨੇ ਔਰ ਨਹੀਂ ਰੀਸਾਂ ਸੁਣ ਆਹ ਇਹਨੂੰ ਕਹਿੰਦੇ ਆ ਅਮਨ ਥਿਗਲੀ ਦਾ ਜੱਫਾ ਭੱਜ ਕੇ ਬਗਲ ਭਰੀ ਆ ਨੌਜਵਾਨ ਨੇ ਥੱਲੋਂ ਕੈਂਚੀ ਆ ਆਂਦੇ ਕੈਂਚੀ ਸੈਂਟਰਲ ਜੇਲ੍ਹ ਹੁੰਦੀ ਆ ਹੁਣ ਨਹੀਂ ਕੋਈ ਮੌਕਾ ਤਾਵੀ ਨੂੰ ਜਵਾਨੋ ਹੁਣ ਨੰਬਰ ਅਮਨ ਥਿਗਲੀ ਦਾ ਮੁਰਗਾ ਰੇਸ 55 ਸਾਲ ਤੋਂ ਸਾਹਿਬ ਕਹਿੰਦੇ ਆ ਵੀ ਜਿਹਨੇ ਆਉਣਾ ਗਰਾਊਂਡ ਦੇ ਵਿੱਚ ਆਈ ਜਾਓ ਇਸ ਮੈਚ ਤੋਂ ਬਾਅਦ ਅਸੀਂ ਮੁਰਗਾ ਰੇਸ ਕਰਾਉਣੀ ਹੈ ਇਹ ਸਾਹਿਬ ਕਹਿੰਦੇ ਆ ਰਗੜੇ ਵਾਸਤੇ ਮਸਾਲੇ ਵਾਸਤੇ ਪੈਸੇ ਵੀ ਦੇਵਾਂਗੇ ਇਕੱਲਾ ਮੁਰਗਾ ਨਹੀਂ ਦੇਵਾਂਗੇ ਪੈਸੇ ਵੀ ਦੇਵਾਂਗੇ ਹੱਟ ਕਬੱਡੀ ਯਾਰਾਂ ਦੀ ਇਹ ਖੇਡ ਵੱਡੇ ਸਰਦਾਰਾਂ ਦੀ ਕੌਡੀਆਂ ਦੀ ਖੇਡ ਰਿੰਪੇ ਵੇਖ ਲਾ ਕਿੱਥੇ ਪਹੁੰਚ ਗਈ ਜਵਾਨਾਂ ਕਹਿੰਦੇ ਕੌਡੀਆਂ ਦੀ ਖੇਡ ਅੱਜ ਬਣ ਗਈ ਹੈ ਕਰੋੜਾਂ ਦੀ ਖੇਡ ਬੱਲੇ ਉਹ ਤੇਰੀ ਖੇਡ ਦੇ ਮੰਤਰੀ ਕਬੱਡੀ ਪਾਉਂਦਾ ਹੋਏ ਹੁਣ ਨਾਮ ਹੀ ਮੁੰਡਿਆਂ ਦੇ ਮੰਤਰੀ ਹੋ ਗਏ ਬੱਲੇ ਉਹ ਤੇਰੇ ਜਵਾਨਾਂ ਬੜੇ ਮਾਸੂਮ ਨੇ ਸਾਜਣ ਖਿਰਾਰਤ ਕਰ ਵੀ ਜਾਂਦੇ ਨੇ ਹੱਥ ਰੀਂਦੇ ਰਾਤ ਨੂੰ ਨਦੀਆਂ ਦਿਨੇ ਕੁਛ ਡਰ ਵੀ ਸੀ ਤਾਂ ਪਤੜਿਆ ਇਹ ਚੁੰਮੜ ਗਿਆ ਜਵਾਨੋ ਲੱਗ ਗਿਆ ਸੀਤਾ ਸੰਗਲ ਲੱਗ ਗਏ ਇੱਕ ਸਾਧ ਕਬੱਡੀ ਅੜਦਾ ਸੀ ਉਹ ਗੁੱਟ ਬੰਦੇ ਦਾ ਫੜਦਾ ਸੀ ਸੰਗਲ ਲਾ ਖੜਾਓ ਕਰਦਾ ਸੀ ਉਹ ਤੋਂ ਕਿਸੇ ਨੇ ਗੁੱਟ ਛਡਾਇਆ ਨਾ ਉਹ ਕਿਤੇ ਉਹ ਹਾਰ ਕੇ ਆਇਆ ਨਾ ਇਹ ਕਿਰਪਾਲ ਸਾਧ ਦੀ ਗੱਲ ਆ ਆਹ ਤਰਨ ਤਾਰਨ ਜ਼ਿਲ੍ਹਾ ਰਾਲ ਚਾਲ ਪਿੰਡ ਆ ਕਬੱਡੀ ਮਾੜੀ ਆਹ ਮਾੜੂ ਫੁੱਲਾਂ ਵਾਲੀ ਆ ਗਿਆ ਜੱਗਾ ਚਿੱਟੀ ਆਹੋ ਜੱਗਿਆ ਪਾ ਕਬੱਡੀ ਉਹ ਜੱਗਿਆ ਮਾੜੂ ਦੀ ਕਬੱਡੀ ਆ ਮਨੀ ਤਲਮਣ ਛਕਾਓ ਜਵਾਨੋ ਤੁਸੀਂ ਚਾਹ ਪਾਣੀ ਕੋਈ ਨਹੀਂ ਹੁਣ ਬੁੱਢਾ ਗਰਮ ਹੋ ਗਿਆ ਮੈਂ ਲਾ ਲੂੰ ਘੜੀ ਲਾ ਲੂੰ ਚੱਟ ਫਿਕਰ ਨਾ ਕਰੋ ਗੁਰਪ੍ਰੀਤ ਸਿੰਘ ਨੇ ਆਵਾਜ਼ ਮਾਰ ਲਈ ਹੈ ਮੈਨੂੰ ਇੰਸਪੈਕਟਰ ਸਾਹਿਬ ਨੇ ਪਰਵਾਹ ਚੱਲਿਆ ਜੋ ਬੱਬਰ ਸ਼ੇਰ ਇਹਨੂੰ ਕਹਿੰਦੇ ਦਾਨਾ ਧਾਰੀਵਾਲ ਦਾ ਬਾਨਾ ਧਾਰੀਵਾਲ ਪਿੱਛੇ ਮੋਰਾਂ 'ਤੇ ਬਾਜ ਖੁਣਵਾਇਆ ਬਾਜ ਦੇ ਵਿੱਚ ਖੂਬੀ ਹੈ ਬਾਜ ਦੀ ਚਪਟ ਬੜੀ ਮਸ਼ਹੂਰ ਆ ਆਹ ਪਿੰਡਾਂ ਕਲੱਚ ਜੇ
ਆਜੇ ਪਿੰਡਾ ਕਲਚ ਜਿਹਦੀਆਂ ਜਾ ਮੰਗੀ ਨਾਲ ਹੱਥ ਜੁੜ ਗਿਆ ਮੰਗੀ 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 ਤਜਰਬਾ ਤਜਰਬਾ ਬੜਾ ਉਧਰ ਜਵਾਨੀ ਆ ਉਧਰ ਮੰਗੀ ਆ ਬੱਗਾ ਪਿੰਡ ਆ ਖਾਗੋੜ ਲਾਕਾ ਮਾਰਿਆ ਧੱਕਾ ਫੁੱਟ ਲਿਆ ਕਰਤਾ ਬੱਬਾ ਭਾਰ ਓਏ ਕਰਤਾ ਇਕੱਠਾ ਮੁੰਡੇ ਨੇ ਤਜਰਬਾ ਬੋਲਦਾ ਇਹ ਤਜਰਬਾ ਜੇ ਜਵਾਨੋ ਉਹ ਜਿੱਦਾਂ ਬੋਲੀ ਪਾਉਂਦੇ ਹੁੰਦੇ ਆ ਨਾ ਧਨਕੁਰ ਦੋਧਰ ਦੀ ਥੱਬਾ ਭਰ ਕੇ ਜਵਾਰੇ ਢਾਲੀ ਤੇ ਧਨਕੁਰ ਦੋਧਰ ਦੀ ਇੱਦਾਂ ਥੱਬੇ ਭਰਦਾ ਏ ਮੰਗੀ ਬੱਗਾ ਪਿੰਡ ਮਾਰ ਦਿਓ ਤਾੜੀਆਂ ਜਵਾਨੋ ਜੇ ਪਸੰਦ ਆਈ ਹੈ ਖੇਡ ਮੁੰਡੇ ਦੀ ਯਾਰ ਤਾੜੀਆਂ ਬੜੀਆਂ ਸਲਾਬੀਆਂ ਜਿਹੀਆਂ ਗੱਲ ਕੀ ਅੱਜ ਇੱਕ ਵਾਰ ਜਰਾ ਖਿੱਚ ਕੇ ਤਾੜੀ ਲਾਓ ਇੱਧਰ ਕੀ ਗੱਲ ਆ ਤਰੇਲ ਪੈ ਗਈ ਆ ਮਾਰ ਦਿਓ ਤਾੜੀਆਂ ਯਾਰ ਕੀ ਹੋ ਗਿਆ ਖੁੱਲ ਕੇ ਮਾਰ ਦਿਓ ਤੁਸੀਂ ਵੀ ਤਾੜੀਆਂ ਮੈਚ ਬੜਾ ਤਕੜਾ ਹਾਂ ਐਡਾ ਵੱਡਾ ਮੈਚ ਆ ਰਵਿੰਦਰ ਕੌਛੜ ਜੀ ਮੇਰੇ ਪੀਟੀਸੀ ਨਿਊਜ਼ ਤੇ ਵੀ ਤੁਸੀਂ ਦੇਖਿਆ ਹੋਏਗਾ ਛੇਵਾਂ ਵਿਸ਼ਵ ਕਬੱਡੀ ਕੱਪ ਜੋ ਮੇਰੇ ਲਈ ਬੜੇ ਤਕੜੇ ਮੁਕਾਬਲੇ ਹੋਏ ਹੈ ਆਹ ਜਿਹੜਾ ਮੁਕਾਬਲਾ ਬੜਾ ਤਕੜਾ ਹੋ ਰਿਹਾ ਦਰਸ਼ਕ ਵੀਰੋ ਜੇ ਆਨੰਦ ਆ ਰਿਹਾ ਖੁੱਲ ਕੇ ਤਾੜੀ ਮਾਰ ਕੇ ਦੱਸ ਦਿਓ ਸਤਨਾਮ ਸਿਧਵਾਂ ਬਈ ਮੈਂ ਇੱਕ ਬੇਨਤੀ ਕੀਤੀ ਸੀ ਆਹ ਮੈਨੂੰ ਬਜ਼ੁਰਗ ਬੀਬੀਆਂ ਦਾੜੀਆਂ ਬੜੇ ਪਿਆਰੇ ਪੁਰਾਣੇ ਸਮੇਂ ਦੇ ਕਬੱਡੀ ਖਿਡਾਰੀ ਲੱਗਦੇ ਆ ਪਰਮਰਾਜ ਸਿੰਘ ਉਮਰਾ ਨੰਗਲ ਆਈ ਜੀ ਸਾਹਿਬ ਨੇ ਤੁਹਾਡੇ ਵਾਸਤੇ ਖੇਡ ਬਣਾਈ ਹੈ ਇੱਕ ਸ਼ੁਗਲ ਦਾ ਸ਼ੁਗਲ ਹੈ ਖੇਡ ਦੀ ਖੇਡ ਆ ਇਹ ਸ਼ਰਮਾਉਣ ਵਾਲੀ ਗੱਲ ਕੋਈ ਨਹੀਂ ਆਓ ਮੇਰੇ ਵੀਰੋ ਬਜ਼ੁਰਗੋ ਆਓ 55 ਸਾਲ ਤੋਂ ਵੱਧ ਉਮਰ ਹੋਵੇ ਸਰਟੀਫਿਕੇਟ ਵੇਖਣਾ ਕੋਈ ਨਹੀਂ ਸਰਟੀਫਿਕੇਟ ਤੁਹਾਡੇ ਕੋਲ ਹੈ ਚਿੱਟੇ ਦਾੜੇ ਆ ਜਾਓ ਅਤੇ ਇਸ ਮੈਚ ਦੇ ਨਾਲ ਹੀ ਅਸੀਂ ਮੁਰਗਾ ਦੌੜ ਕਰਾਉਣੀ ਹੈ ਆਉਂਦੇ 1100 ਰੁਪਈਆ ਦਊਂਗਾ ਤੜਕੇ ਵਾਸਤੇ ਨੂੰਹਾਂ ਵੀ ਕਿਹਾ ਕਰਨਗੀਆਂ ਬਾਪੂ ਇਹੋ ਜਿਹੇ ਮੇਲੇ ਜਾਇਆ ਕਰ ਜਿੱਥੇ ਮੁਰਗੇ ਮਿਲਦੇ ਆ ਨਾਲ ਤੜਕਾ ਮਿਲਦਾ 1100 ਆ ਜਾਓ ਹੁਣ ਆ ਜਾਓ ਕਿਹੜਾ ਕਿਹੜਾ ਉੱਠੂਗਾ ਆ ਤੂੰ 55 ਦਾ ਨਹੀਂ ਪੁੱਤ ਤੂੰ ਤਾਂ ਜੇ 15 ਤੋਂ ਨਹੀਂ ਵਧਿਆ ਤੂੰ ਕਿੱਦਾਂ ਭੱਜ ਭੱਜ ਚੜ੍ਹਨਾ ਹੈ ਆਓ ਜੀ ਆਓ ਲਓ ਸਰ ਜੀ ਮੈਚ ਸ਼ੁਰੂ ਹੋ ਗਿਆ ਲਓ ਜੀ ਮੈਚ ਦੀ ਕਬੱਡੀ ਪੈ ਗਈ ਗੁਰਿੰਦਰ ਧਾਰੀਵਾਲ ਦੀ ਕਬੱਡੀ ਪੈ ਗਈ ਆਹਾ ਇਹ ਹੈ ਖੇਡ ਕਬੱਡੀ ਇਹ ਖੇਡ ਪਿਆਰੀ ਸਭ ਨੂੰ ਗਿੱਧੇ ਪੈਣ ਪੈਂਦੇ ਗਿੱਧੇ ਭੰਗੜੇ ਜਵਾਨੋ ਵੇਖੋ ਪੈਂਦੀਆਂ ਨੇ ਲੁੱਡੀਆਂ ਵੇਖ ਲਓ ਮੈਦਾਨ ਵਿੱਚ ਪੈਂਦੀਆਂ ਕਬੱਡੀਆਂ ਆਹ ਨਹੀਂ ਰੀਸਾਂ ਤੇਰੀਆਂ ਗੁਰਿੰਦਰ ਧਾਰੀਵਾਲ ਦੀ ਕਬੱਡੀ ਮੰਗੀ ਕਹਿੰਦਾ ਹੱਟ ਪਿੱਛੇ ਲਾਉਣ ਦੇ ਜੱਫਾ ਵਿੱਕੀ ਤਲਵਣ ਭਲਵਾਨ ਕਲਵਾਂ ਵਾਲਿਆ ਸਿੱਧਾ ਹੋ ਕਲਵਾਂ ਭਲਵਾਨ ਇੰਦਰਜੀਤ ਤਕੜਾ ਹੋ ਗੱਭਰੂਆ ਚੱਲ ਓਏ ਭਲਵਾਨ ਆਹ ਲੱਗਾ ਹੀ ਆਹਾ ਨਹੀਂ ਰੀਸਾਂ ਤੇਰੇ ਅੱਗੋਂ ਰਾਹ ਛੱਡ ਦਿਓ ਜੰਟੀ ਹਾਂ ਲਾ ਖਿੱਚ ਕੇ ਜੱਫਾ ਪਰ ਨਹੀਂ ਆ ਗਿਆ ਘਰ ਨੂੰ ਆ ਗਿਆ ਘਰ ਨੂੰ ਪਿੰਕੇ ਦੀ ਗੱਲ ਹੋਣੀ ਹੈ ਜਵਾਨੋ ਕੋਈ ਖੇਡੇ ਕੋਟ ਕਬੱਡੀਆਂ ਕੋਈ ਜੂਏਬਾਜ਼ੀ ਖੇਡਦਾ ਹੁਣ ਨੋਟ ਨਹੀਂ ਲੱਗਦੇ ਜੱਫੇ ਤੇ 1,00,000 ਰੁਪਈਆ ਰੇਡ ਦਾ 1,00,000 ਰੁਪਈਆ ਰੇਡ 1,00,000 ਰੁਪਏ ਦੀ ਰੇਡ ਹੋਏ ਆਹ ਰੇਡ ਆਹ ਜੱਫਾ ਆਹ ਛੁਰਲੀ ਦੀ ਗੱਲ ਹੋਣੀ ਹੈ ਕੀਰਾ ਵਾਲੀ ਆ ਛੁਰਲੀ ਖੇਡਾਂ ਹੁੰਦੀਆਂ ਆਹ ਚੱਲਿਆ ਹੀਰਾ ਬੜਾ ਤਹੱਲੇਦਾਰ ਖਿਡਾਰੀ ਆਹ ਮੰਡ ਵਾਲਾ ਕਹਿੰਦੇ ਆ ਤਲਵੰਡੀ ਵਾਲਾ ਕਹਿੰਦੇ ਆ ਹੀਰਾ ਪੱਟ ਖੇਡੇ ਮੁੰਡੇ ਦੇ ਪੱਟਾਂ ਦੀ ਤਿਆਰੀ ਵੇਖ ਲਓ ਜਵਾਨੋ ਮੋੜਾਂ 'ਤੇ ਖੜਦੇ ਨਹੀਂ ਨਖਰੇ ਕਿਸੇ ਦੇ ਜਰਦੇ ਨਹੀਂ ਰੱਬ ਬਸ ਮੇਰ ਰੱਖੇ ਅੰਮ੍ਰਿਤਸਰੀਏ ਕਿਸੇ ਤੋਂ ਡਰਦੇ ਨਹੀਂ ਉਹ ਜਵਾਨੋ ਇਹ ਅੰਮ੍ਰਿਤਸਰ ਦੀ ਧਰਤੀ ਹੈ ਇਹ ਭਾਗਾਂ ਭਰੀ ਧਰਤੀ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਇਹ ਖਿਡਾਰੀਆਂ ਦੀ ਧਰਤੀ ਹੈ ਕਿਰਪਾਲ ਸਾਹਿਬ ਦੀ ਧਰਤੀ ਹੈ ਇਹ ਮਹਿੰਦਰ ਮੰਮੜ ਦੀ ਧਰਤੀ ਹੈ ਇਹ ਮਾਣ ਹੈ ਸਾਨੂੰ ਅੱਜ ਮਾੜੂ ਦੀ ਕਬੱਡੀ 'ਤੇ ਚੱਲੋ ਮੰਗੀ ਫੁੱਲਾਂ ਵਾਲੀਆਂ ਨੂੰ ਲਾ ਜੱਫਾ ਹੁਣ ਵਿਖਾ ਕਬੱਡੀ ਮੈਂ ਵਰਲਡ ਕੱਪ ਦਾ ਪਹਿਲਾ ਟਰੈਕਟਰ ਜੇਤੂ ਹਾਂ ਪਰ ਆਓ ਲੱਗਾ ਅੱਗੋ ਹੱਟ ਆਹ ਜੱਗਾ ਚਿੱਟੀ ਵਾਲਾ ਵੀ ਰਾਹ ਭੁਲਾ ਦਿੰਦਾ ਜਵਾਨੋ ਪਾਓ ਕਬੱਡੀ ਛੋਟਾ ਕੁਲਜੀਤਾ ਮਲਸੀਆਂ ਵਾਲਾ ਕੁਲਜੀਤਾ ਬੱਲੇ ਉਹ ਛੋਟੇ ਕੁਲਜੀਤਿਆ ਤੇਰੀਆਂ ਵੱਡੀਆਂ ਉਲਾਂਘਾਂ ਨੇ ਤੇਰੇ ਵੱਡੇ ਕੰਮ ਨਾ ਜਵਾਨਾ ਤੇਰੇ ਵੱਡੇ ਕੰਮ ਨੇ ਵੱਡੇ ਕੰਮ ਤੇਰੇ ਨਜ਼ਦੀਕ ਫਿਰੇ ਜਵਾਨੀ ਗਰਾਊਂਡਾਂ ਵਿੱਚ ਰੌਣਕ ਖੇਡ ਮੇਲਿਆਂ 'ਤੇ ਲਾਈ ਜਾਂਦੇ ਆਹ ਵੇਖੋ ਆਹ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਵੜੇਵੇਂ ਖਾਣੀ ਆਹ ਉਹਨੂੰ ਕਹਿੰਦੇ ਆ ਜਵਾਨੋ ਢਾਕ ਵੱਜੀ ਆ ਇੰਦਰਜੀਤ ਕਲਸੀਆਂ ਦਾ ਔਰ ਵੇਖੋ ਢਾਕ ਤੋਂ ਨਿਕਲ ਕੇ ਕਿੱਦਾਂ ਆਉਂਦਾ 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 ਪਰ ਸਮਾਂ ਸਮਰੱਥ ਹੋਏ ਉਹ ਅਰਜਨ ਦੇ ਤੁਣ ਛਬਾਣ ਅਤੇ ਉਹ ਅਰਜਨ ਦੇ ਹੱਥ ਹੋਏ ਉਹ ਅਰਜਨ ਦੇ ਹੱਥ ਹਾਂਜੀ ਮੁਰਗਿਆਂ ਵਾਲਿਓ
ਇਹ ਬਜ਼ੁਰਗੋ ਕੀ ਗੱਲ ਆ ਓਏ ਆਓ ਯਾਰ ਠੰਡੇ ਪੈ ਗਏ ਜੇ ਕੀ ਗੱਲ ਆ ਇੱਕ ਨਿਕਲਿਆ ਫਿਰ ਵੇਖਿਓ ਕਿੱਦਾਂ ਖੁੰਮਾਂ ਨੂੰ ਨਿਕਲਣੇ ਸਾਰੇ ਹੀ ਇੱਕ ਆਓ ਪਹਿਲਾਂ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਵੀ ਇੱਕੋ ਹੀ ਸਿੰਘ ਮੰਗਿਆ ਸੀ ਅਤੇ ਫਿਰ ਪੰਜ ਆਏ ਸੀ ਜਵਾਨੋ ਅੱਜ ਤੁਸੀਂ ਵੀ ਪੰਜ ਪਿਆਰੇ ਬਣਨਾ ਆ ਜਾਓ ਆਹ ਸਾਹਮਣੇ ਮੰਗੀ ਬੱਗਾ ਪਿੰਡ ਮੰਗੀ 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 ਹੋ ਗਈ ਆਹ ਮਾਰਦਾ ਧੋਲਾ ਆਹ ਮਾਰਦਾ ਧੋਲਾ ਆਹ ਪਹਿਲਾਂ ਜੱਫਾ ਆਹ ਨਹੀਂ ਰੀਸਾਂ ਆਹ ਨਹੀਂ ਰੀਸਾਂ ਦਿੱਤਾ ਧੋਣ 'ਤੇ ਹੱਥ ਰੱਖਿਆ ਖਿੱਚਿਆ ਭਰਿਆ ਬਗਲ ਆਹ ਇਹਨੂੰ ਕਹਿੰਦੇ ਜੱਫਾ ਓਏ ਮੰਗੀ ਤਾਂ ਘਰ ਘਰ ਪੁੱਤ ਜੰਮਦੇ ਉਹ ਮੰਗੀ ਬੱਗਾ ਨਹੀਂ ਕਿਸੇ ਨੇ ਬਣ ਜਾਣਾ ਅਤੇ ਘਰ ਘਰ ਪੁੱਤ ਜੰਮਦੇ ਕਿਉਂ ਦਰਸ਼ਨ ਘੜਾ ਚੋਂ ਘਰ ਘਰ ਪੁੱਤ ਜੰਮਦੇ ਬੱਲੀ ਅਮੈਰੀਕਾ ਦੀ ਟੀਮ ਵੱਲੋਂ ਪਹਿਲੀ ਕਬੱਡੀ ਪਾਈ ਹੈ ਮਿਹੜੂ ਵਾਲੇ ਬੱਲੀ ਨੇ ਪਿੰਡ ਈਦਾ ਈਦੇ ਮੈਚ ਹੋਏ ਜਵਾਨੋ ਬੱਲੀ ਦੀ ਰਹਿਨਮਾਈ ਦੇ ਵਿੱਚ ਮਿਹੜੂ ਮਿਹੜੂ ਦਾ ਖੇਡ ਮੇਲਾ ਈਦੇ ਦਾ ਖੇਡ ਮੇਲਾ ਫੈਸਲਾ ਪੰਡਿਤ ਦਾ ਮਦਨ ਗੋਪਾਲ ਮੱਧੂ ਦਾ ਫੈਸਲਾ ਡਬਲ ਟੱਚ ਦਾ ਫੈਸਲਾ ਨੰਬਰ ਬੱਲੀ ਦਾ ਚੱਲੋ ਗੁਰਿੰਦਰ ਧਾਰੀਵਾਲ ਪਾ ਕਬੱਡੀ ਉਹ ਪੁੱਤਰਾ ਇਹ ਹੈ ਗੁਰਿੰਦਰ ਧਾਰੀਵਾਲ ਦੀ ਕਬੱਡੀ ਗੁਰਿੰਦਰ ਸੁੱਖਾ ਪੰਡਾਲ 25-26-27 ਦਾ ਮੇਲਾ ਆ ਗਿਆ ਪੰਡਾਲ 25-26-27 ਦੀਆਂ ਤਰੀਕਾਂ ਆ ਗਿਆ ਪੰਡਾਲ ਦੋਨੇ ਦਾ ਮੇਲਾ ਆਹ ਵੇਖੋ ਕਿਕਲੀ ਕਲੀਰ ਦੀ ਤੇ ਪੱਗ ਮੇਰੇ ਵੀਰ ਦੀ ਜਗਿਆ ਆ ਜਗਿਆ ਆ ਜਗਿਆ ਆ ਨਾਗ ਵੱਲ ਪਾਲਿਆ ਹੀ ਉਹ ਜਗੇ ਨੇ ਨਾਗ ਵੱਲ ਕੋਈ ਵੈਦ ਮੰਗਾ ਦਿਓ ਜੀ ਨਾਗ ਵੱਲ ਪੈ ਗਿਆ ਕੋਈ ਵੈਦ ਮੰਗਾ ਦਿਓ ਕੋਈ ਵੈਦ ਮੰਗਾ ਦਿਓ ਲੜ ਗਿਆ ਨਾਗ ਕੌਡੀਆਂ ਵਾਲਾ ਕੋਈ ਵੈਦ ਮੰਗਾ ਦਿਓ ਮਨੀ ਤਲਮਣ ਵਾਲਾ ਪਿੱਠ ਪਿੱਛੇ ਕਰਨੀ ਬੁਰਾਈ ਮਾੜੀਏ ਬਿਨਾਂ ਕਰੋ ਬਿਨਾਂ ਗੱਲੋਂ ਕਰਨੀ ਲੜਾਈ ਮਾੜੀਏ ਸਾਂਭ ਲਓ ਜਵਾਨੀ ਬੜੇ ਮਹਿੰਗੇ ਮੁੱਲ ਦੀ ਨਸ਼ਿਆਂ 'ਚ ਉਮਰ ਗਵਾਈ ਮਾੜੀਏ ਸੋ ਸੱਚਿਆਂ ਦੇ ਨਾਲ ਸਦਾ ਲਾ ਛੱਡਣਾ ਬੇਕਦਰਾਂ ਦੇ ਨਾਲ ਸਦਾ ਲਾਈ ਮਾੜੀਏ ਲਾਓ ਤੇ ਯਾਰੀ ਸੱਚੇ ਯਾਰ ਨਾਲ ਲਾਓ ਜਵਾਨੋ ਜਿਹੜਾ ਸਾਥ ਦੇਵੇ ਆਹ ਪਿੰਕੇ ਦੀ ਕਬੱਡੀ ਪੈ ਗਈ ਹੈ ਬੜਾ ਤੇਜ਼ ਬੜਾ ਸ਼ਾਰਪ ਖਿਡਾਰੀ ਹੈ ਉੱਧਰ ਨੰਬਰ 'ਤੇ ਜੱਗਾ 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 ਅੱਗੋਂ ਹਟ ਜੱਗਾ 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 ਜੱਗਿਆ ਆਓ ਖੁੱਚ ਕੱਢਣ ਦੀ ਕੋਸ਼ਿਸ਼ ਲੇਕਿਨ ਨੰਬਰ ਪਿੰਕੇ ਦਾ ਧਾਵੀ ਦਾ ਪਾਓ ਹੀਰਿਆ ਆ ਤੈਨੂੰ ਤੱਤੀਵਾਣਾ ਲਾਵੇ ਮਹਾਰਾਜ ਸੱਚੇ ਪਾਤਸ਼ਾਹ ਬਾਬੇ ਨਾਨਕ ਦਾ ਵਰਸਾਇਆ ਤਲਵੰਡੀ ਚੌਧਰੀਆਂ ਅੱਜ ਮਾਣ ਹੈ ਸਾਨੂੰ ਵੱਡੇ ਭਰਾ ਦਾ ਵੱਡਾ ਯੋਗਦਾਨ ਕਬੱਡੀ ਦੇ ਵਿੱਚ ਹੀਰਾ ਬਣਾਉਣ ਦੇ ਵਿੱਚ ਹੀਰੇ ਨੂੰ ਆਹ ਆਹ ਬੱਲੇ ਸੀਤਾ ਪੱਤੜ ਭੱਜ ਭੱਜ ਕੇ ਬਹਿ ਕੇ ਬਹਿੰਦਾ ਬੋਬੀ ਧਾਰੀਵਾਲ ਜੀ ਅੱਜ ਮੈਚ ਬੜਾ ਫਸਿਆ ਜੀ ਅੱਜ ਮੈਚ ਬੜਾ ਫਸਿਆ ਜੇ ਮਾੜੂ ਫੁੱਲਾਂ ਵਾਲੀ ਆ ਪਾਓ ਕਬੱਡੀ ਪਾਓ ਕਬੱਡੀ ਇਹ ਫੜਨੇ ਸੌਖੇ ਨਹੀਂ ਉੱਡਣੇ ਸੱਪ ਸੇਹ ਦਾ ਲੱਕ ਮਿਰਗ ਦੀ ਲੱਤ ਸ਼ੇਰ ਦਾ ਨੱਕ ਕਬੂਤਰ ਚੀਨੇ ਇਹ ਫੜਨੇ ਸੌਖੇ ਨਹੀਂ ਹਾਂ ਲਾਜ ਫੜ ਆਹ ਵੇਖੋ ਧੌਣ 'ਤੇ ਹੱਥ ਆਹ ਸ਼ੁਰਲੀ ਨੰਬਰ ਲੈ ਕੇ ਘਰ ਨੂੰ ਔਰ ਹੋਬੀ ਧਾਰੀਵਾਲ ਸੱਭਿਆਚਾਰ ਪੰਜਾਬ ਦੀ ਮਾਂ ਬੋਲੀ ਦਾ ਮਾਣ ਬੰਬੇ ਦੀ ਸ਼ਾਨ ਪੰਜਾਬੀ ਗੱਬਰ ਸਿੰਘ ਅੱਜ ਮਾਣ ਹੈ ਸਾਨੂੰ 15 ਸਾਲ ਤੋਂ ਮੇਲਾ ਉਮਰਾ ਨੰਗਲ ਦਾ ਮਾਝੇ ਦੇ ਮਹਾਨ ਜਰਨੈਲ ਜਥੇ ਦਾ ਜੀਵਨ ਚੰਗੀ ਉਮਰਾ ਨੰਗਲ ਪਾਓ ਗੁਰਿੰਦਰ ਧਾਰੀਵਾਲ ਕਬੱਡੀ ਪਾਓ ਕਬੱਡੀ ਪੁੱਤਰਾ ਬੜਾ ਤੇਜ਼ ਖਿਡਾਰੀ ਆ ਓਏ ਵਾਰੇ ਸ਼ਾਹ ਹੈ ਕੌਣ ਸ਼ਰੀਕ ਉਸਦਾ ਜਿਸਦਾ ਰੱਬ ਨੇ ਕੰਮ ਸਵਾਰਿਆ ਈ ਜਿਸਦਾ ਰੱਬ ਨੇ ਕੰਮ ਸਵਾਰਿਆ ਈ ਵਾਰੇ ਸ਼ਾਹ ਹੈ ਕੌਣ ਸ਼ਰੀਕ ਉਸਦਾ ਆਹ ਸ਼ੁਰਲੀ ਲਾ ਜੱਫਾ ਓਏ ਆ ਚਾ ਜੱਗਾ ਆ ਲਗਾਏ ਮੰਗੀ 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 ਆਉਂਦਾ ਏ ਆ ਆ ਗੱਡੀ ਲਿਓ ਲਾਤੀ ਆ ਇਹ ਫੈਸਲਾ ਰੈਫਰੀ ਦਾ ਆ ਗੱਡੀ ਲਿਓ ਲੱਥ ਗਈ ਆ ਮਾਰ ਦਿਓ ਤਾੜੀਆਂ ਇੱਕ ਨੰਬਰ ਪਲੇਟਫਾਰਮ 'ਤੇ ਜਾਣੀ ਸੀ 2 ਨੰਬਰ 'ਤੇ ਆ ਕੇ ਰੁਕੀ ਆ ਕਾਂਟੇ ਬਦਲ ਜਾਂਦੇ ਆ ਜਦੋਂ ਮੰਗੀ ਵਾਹ ਪੈਂਦਾ ਜਵਾਨੋ ਗੱਡੀਆਂ ਕਾਂਟੇ ਬਦਲ ਦਿੰਦੀਆਂ ਨੇ ਮਨੀ ਤਲਵਣ ਦੀ ਕਬੱਡੀ ਪਈ ਆ ਓਏ ਲੈ ਗੁਰਪ੍ਰੀਤ ਸਿੰਘ ਜੀ ਮਨੀ ਤਲਵਣ ਹੈ ਬਈ ਆਹ ਕਬੱਡੀ ਦਾ ਸ਼ਾਹ ਸਵਾਰ ਇੰਗਲੈਂਡ ਦਾ ਬੈਸਟ ਧਾਵੀ ਕੈਨੇਡਾ ਦਾ ਬੈਸਟ ਧਾਵੀ ਅੱਜ ਮਾਣ ਹੈ ਦਾ ਝੂਠ ਸੁਣਦਾ ਲਗਤੇ ਜਿਗਰ ਗੁਰਲਾਲ ਘਨੌਰ ਵੱਡੀ ਖੇਡ ਕਬੱਡੀ ਦੀ ਬਲਵਿੰਦਰ ਫਿੱਟੇ ਤੋਂ 2 ਨਾਂ ਸਾਹਮਣੇ ਆਉਂਦੇ ਆ ਮੇਰੇ ਇੱਕ ਹੈ ਗੁਰਲਾਲ ਘਨੌਰ ਦਾ ਲੰਮੀ ਰੇਸ ਦਾ ਘੋੜਾ ਜਵਾਨੋ
अजे तक वर्ल्ड कप खेडता है, बड़ी वड्डी माण दी गल है। तीन खेडे आ, तीन वर्ल्ड कप खेडे आ गुलाल कनौर ने। मंगी मंगी आ मंगी दा वीर निकिया, वेखो मुंडा आ मुंडे दा कद वेख लो, आ वेख लो सिकंजे, इहनू कहिंदे आई जान सिकंजे अंदर ज्यों वेलण विच गन्ना। रो नू हुण आख मुहम्मद, जे रवे ता मन्ना, रो नू हुण आख मुहम्मद। आ हीरा तलवंडी, हीरा तलवंडी बल्लेओ हीरिया, इंद्रजीत आ लामन, हाँ सीता पतड़, आ आ आ भलवान पे आई, भलवाना है भी भलवान आ ला परमराज सिंह जी, उमरा नंगल, दलवार सिंह ASI, ये शाम वांगू रहिंदा पिछे, माण है सानू IG साहब उपर। लो जी जिमनास्टिक दे पंजाब दे नहीं हिंदुस्तान दे ओ जिमनास्ट जो साडे परमराज सिंह जी ने बठिंडे तैयार किए सन, उधर मंगी दी कबड्डी वेख लो बगल भरी आ। बल्ले ओ मंगी, ओ माड़ू, ओ माड़ू फुला लिया बलजीत सिंह, ओ होबी साहब आ वेख ला की बनिया ओए, तीली तो बन गया लौंग, लौंग तो बन गया कोका, और तीली तो बन गया लौंग, लौंग तो बन गया कोका, अज कोके ही बन गया, अज कोके ही बहने आ। पाओ कबड्डिया, कबड्डिया भुल गए मुंडे पाउणो, उमरा नंगल दा वेखा मेला वेखण आए। एक पासिओं मैं शुरू करना होबी धारीवाल तो, एनू मैं बेनती करन दे जाना, जे बेनती है मेरी अरविंदर कोछड़ दी, जे मेला पसंद आया एक ताड़ियां मार दियो जोरदार, ताड़ियां मार दियो जोरदार भाई, खुल के ताड़ियां मार दियो, एक बारी मैच दा आनंद आ रहा थे। एडे एडे जफे एहो जिहा रेडा होबी वर्ल्ड कप च नहीं पईआं, रब झूठ ना बुलावे, नहीं पईआं रेडा वर्ल्ड कप वेख्या IG साहब ने भी एहो जिहा रेडा नहीं पईआं। गुरप्रीत जी वाकई गल है, अज जिहड़ा मैच हो रहा है ये मैच कबड्डी का हो रहा, इहनू कहिंदे आ भर भर के जफे, बस पुत्रा मुंडा तोड़ देना, मुंडा तोड़ देना। मंगी दा भरा विक्की, चलो हीरिया, हीरिया हरना, हीरिया हरना बागी चरना, ओए बागी पत्तर सावे, ओ हीरिया ओ कबड्डी खेडदियां दी आ मुंडा अंगद स्मार्ट होके बन के आ गए। हाँ जी जिमनास्टिक ते मुर्गा कट्ठा ही होना है। अच्छा भाई कबड्डिया तो पैनिया सतनाम सिंह एनू हो, मैं पहला मुंडे तो तैयार कर ला, मुर्गे वाले मुंडे तो आए नहीं अजे, भिंदिया आ मुंडे क्ढने कलाचे एनू हो, जरा भिंदिया एनू हो जा, तेरे पट्टा की तैयारी वेखने वाली थी, मिंदर कितर गया सुरखपुरी आ भिंदे, हाँ जगया 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 ये आ जगा भिंदिया, कितने गया तेरा मिंदर सुरखपुरी आ, आ चलिया कुलजीता, छोटा कुलजीता मलसिया वाला, आहा उधर गड्डिया रुक दिया जांदिया, सोनू जंप का धन्यवाद है, कित्थे सोनू आ मेरा चहेता धावी ओए, सरदार गुरदेव सिंह ज्ञानी का लखते जिगर, 13 साल बौली साहब नडाले जिथों प्रीता कबड्डी खेडिया, मंग मंगी कि पुत प्रीते वर्गा धावी बने, तो प्रीते तो बाद नाम लिया जाता है ये सोनू जंप का, सोनू जंप का यह है सोनू जंप। जगतार धनोला 95 दे विच, जगतार जी वर्ल्ड कप की गल करिए, जगतार 95 की गल है ना, सन 1995 दे विच, आओ बल्ले मंगी, बल्ले मंगी, हा 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 हा, वो मार दियो ताड़ियां, रज बजा दियो ताड़ियां, अज है मान कबड्डी का, मंगी 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 बग्गा पिंड, मंगी बगी मंगी 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 मंगी, हा हा हा, आ जांदा ई भाई, बल्ले बल्ले हो गई है, क्या बात है भाई, ओ मोड़ी मोड़ी वे मंगी भेड़ा दूर गईया, ओ मोड़ी मोड़ी वे मंगी भेड़ा दूर गईया। लो जेड़े मंगी नु प्यार कर दिया, खुल के ताड़ियां मार के दस दियो मेरे वीरो, आ है मंगी मेरे जो बग्गे पिंड वाला, शाह मुहम्मदा गल ते सोई होनी जो करूगा खालसा पंथ मिया, शाह मुहम्मदा गल ते सोई होनी जो करूगा खालसा पंथ, हा बल्ले तेरे जवाना आ नहीं रिसा, आ आ रूड़ा मंडी जावे ते डंडियों डंडी जावे, ओ जरा बच के मोड़ तो
जरा बच के मोड़ तो ला गुरप्रीत सिंह जी हॉबी धालीवाल साहब ने भी इशारा करता पेंड धावी का हॉबी भाजी उधर पासे मेरे कबड्डी जी तन मन के वसी हुई है हॉबी भाई जी गुड जजमेंट एक मिनट सतनाम दर्शक वीरो ये लीग का चौथा मैच है इस तो बाद जो दो मैच होने ये दो सैमीफाइनल मैच होने तो दो मैचों तो बाद सैमीफाइनल दियां टीमां जेतू होणगियां वो फाइनल च भिंडगियां अजे तो ट्रेलर ही है फिल्म अजे बाकी है फिल्म अजे बाकी है ये तो ट्रेलर विखाउण डे आ तुहानूं ये मंगी खेडू फाइनल च फिर कल्लां होणगियां हाँ सर जी जिंदर मुबारकां तुहानूं भाई जिंदर 15 साल की सेवा तेरी और कोई मुल नहीं तेरी सेवा का जवाना गुरप्रीत सिंह तुहाडी सेवा का भी कोई मुल नहीं आ जिंदर की सेवा का भी कोई मुल है डॉक्टर सवानू प्लीज सर जी डॉक्टर सवानू बेनती करते प्लीज मैदान पहुंचने की कृपालता करे डॉक्टर सवान मंगी थोड़ी जी चोट लगी है सो बॉबी इलैक्ट्रीशियन सारिया लाइटा एक बार ऑन करके वेख ला सारिया लाइटा एक बार ऑन ये है धालीवाल हाँ हाँ रिक्की का जफ्फा नहीं होया आ चली है नंबर वाली मशीन हीरा मंड हीरा तलवंडी आ चलिया जी हीरा तलवंडी गुरप्रीत सिंह जी आ मुंडा वेखो पट्टा की तैयारी वेखो जुस्सा वेखो दर्शनी डोले वेखो चौड़ी हिक इनू कहिंदे हिक ते चढ़न की गल अलगाई पलवान कालवां दा यह पलवान पलवान नूं पलवान टकरिया कहिंदे सप नूं सप लड़े ते व्यों किनू चढ़े ओए सप नूं सप लड़े ते व्यों किनू चढ़े कोचर साहब हेल्पेज इंडिया तो वैन आई है जनरल चेकअप कराउन हाँ जी सर फ्री चेकअप कर रहे हेल्पेज इंडिया वाले स्टेज दे लेफ्ट ते ठीक है सर ते स्कोर बोर्ड वाल निगाह मार लो 10:40 समा 10:38 37 36 35 29 29 29 29 29 29 जोड़ बराबर दी समा दसेगा भाई ये मैच का फैसला क्योंकि ड्यूरिंग मैच असी नंबर नहीं दस सकते मैं गलती कर बैठा क्योंकि मैं वर्ल्ड कप के कमेंट्री भी करदा वो जगतार धनोले ने मैनू पॉइंट आउट किया मैं इस गल की गुस्ताखी की मुआफ़ी चाहवागा भाई असी अनाउंस नहीं कर सकते रेडर कन्फ्यूज हो जाते हैं इस करके नंबर तुहानू सारयां नू नज़र आउंदे आ दसण की लोड़ कोई नहीं तो कबड्डी वेखो ਜੱਫਾ ਵੇਖੋ ਰੇਡ ਵੇਖੋ ਆ ਜਾਂਦਾ ਏ ਮਲਸੀਆਂ ਵਾਲਾ ਕੁਲਜੀਤਾ ਆ ਜਾਂਦਾ ਏ ਕਿਉਂ ਜੀ ਗੁਸਤਾਖੀ ਦੀ ਮਾਫੀ ਜਗਤਾਰ ਸੌਰੀ ਇੱਕ ਇੱਕ ਕਬੱਡੀ ਫੈਸਲਾ ਕੌਣ ਗੁਰਿੰਦਰ ਦੀ ਕਬੱਡੀ ਆ ਚੱਲੇ ਆਈ ਧਾਰੀਵਾਲ ਦਾ ਗੁਰਿੰਦਰ ਨੰਬਰ ਬੋਰਡ ਤੇ ਵੇਖ ਲਓ ਇੱਕ ਕਬੱਡੀ ਫੈਸਲਾ ਕੌਣ ਆ ਕੋਗੀ ਆ ਮੰਗੀ ਆ ਫੈਸਲਾ ਗੁਰਿੰਦਰ ਦੇ ਹੱਕ ਵਿੱਚ ਹੋ ਗਿਆ ਪਾਓ ਕਬੱਡੀ ਓਏ ਪਾ ਕਬੱਡੀ ਹੋਏ ਮਨੀ ਪੁੱਤਰਾ ਜਿੱਤ ਦਾ ਮੁਕਾਮ ਬਣ ਜਾਣਾ ਤੂੰ ਨੰਬਰ ਲਾਇਆ ਤੇ ਖੇਡਾਂ ਹੋਰ ਦੀਆਂ ਹੋਰ ਆਓ ਸਾਹਮਣੇ ਵੇਖੋ ਮਨੀ ਇੰਦਰਜੀਤ ਭਰ ਲਾ ਜੱਫਾ ਭਲਵਾਨ ਕਾਲਵਾਂ ਦੇ ਆ ਵੇਖ ਲਓ ਹੁਣ ਆਖਰੀ ਕਬੱਡੀ ਹੈ ਆਹ ਹਾ ਬੱਲੇ ਹੋ ਤੇਰੇ ਵੇਖੋ ਰੇਡ ਨਹੀਂ ਰੀਸਾਂ ਤੇਰੀਆਂ ਅੱਗੋਂ ਹਟ ਜਾਓ ਅਮਨ ਅੱਗੋਂ ਹਟ ਹਟ ਹੱਟ ਕਬੱਡੀ ਯਾਰਾਂ ਹੱਟ ਕਬੱਡੀ ਯਾਰਾਂ ਹਾ ਪਲਵਾਨ ਕਾਲਵਾਂ ਦਾ ਪਲਵਾਨ ਕਾਲਵਾਂ ਦਾ ਇੱਕ ਮਿੰਟ ਫੈਸਲਾ ਰੈਫਰੀ ਦਾ ਨਾ ਨਾ ਹਾਂਜੀ ਦੱਸੋ ਦੱਸੋ ਫੈਸਲਾ ਪਲਵਾਨ ਕਾਲਵਾਂ ਦਾ ਔਰ ਮੈਚ ਦਾ ਜੇਤੂ ਬਣ ਗਿਆ ਇੱਕ ਜੱਫਾ ਲਾ ਕੇ ਜਗਤਾਰ ਵਧਾਈਆਂ ਬਾਈ